ਬਾਕੀ ਅੱਜ ਸਾਡੀਆਂ ਦੋ ਮਿਲਣੀਆਂ ਹੋਣੀਆਂ ਆ ਇਹਨਾਂ ਦੀ ਆ ਇਹ ਤਾਂ ਐਕਸਾਈਟਡ ਬਹੁਤ ਆ ਅੱਜ ਹੋਣੀ ਆ ਮੇਰੀ ਆਂਦਾ ਜੀਜਾ ਉਧਰਲੇ ਦੋ ਜੀਜੇ ਹੋ ਗਏ ਇੱਧਰ ਇੱਕ ਆ ਪਤਾ ਕੀ ਨਹੀਂ ਕਰੀਦਾ ਉਧਰ ਦੋ ਜੀਜੇ ਹੋਣੇ ਆ ਫੇ ਇਹਨਾਂ ਤੋਂ ਇੱਕ ਹੀ ਆ ਪਰ ਇਹਨਾਂ ਤੋਂ ਹੈਗਾ 1 ਲੱਖਾਂ ਵਰਗਾ ਆ ਉਹ ਵੀ ਇਹਨਾਂ ਨੇ ਭੇਜ ਦੇਣਾ ਦੋ ਵਾਰੀ ਆ ਫੌਰਚੂਨਰ ਕਹੇ ਮੇਰੀ ਮੋੜ ਜਵੇ ਯਾਰ ਮੋੜ ਕੇ ਨਹੀਂ ਜਾਂਦੇ ਫੌਰਚੂਨਰ ਮੇਰੀ ਤੂੰ ਫੇ ਯਕੀਨ ਕਰ ਲੈਣਾ ਨਾ ਸਾਰਿਆਂ ਦੇ ਤੂੰ ਭੋਲਾ ਭਾਲਾ ਨਾ ਦਿਆ ਕਰ ਇਦਾਂ ਫੌਰਚੂਨਰ ਪਿਛਲੀ ਵਾਰੀ ਤੂੰ ਓਡੀ ਵੀ ਇਦਾਂ ਗਵਾ ਬੈਠਾ ਉਹੀ ਤਾਂ ਚੱਕਰ ਆ ਮੈਨੂੰ ਹੈਲੀਕਾਪਟਰ ਦੀ ਫਿਕਰ ਪਈ ਆ ਹੁਣ ਤੇ ਤੂੰ ਕੱਲਾ ਫੋਰਡ ਤੇ ਇੱਕ ਤੇਰਾ ਉਹ ਸਾਈਕਲ ਲੈ ਗਿਆ ਉਹੀ ਤਾਂ ਚੱਕਰ ਨਹੀਂ ਸਕੂਟੀ ਪਈ ਆ ਇੱਕ ਸਕੂਟਰ ਵੀ ਹੈਗੀ ਉਹ ਵਿਚਾਰੀ ਨੇ ਆਪ ਭੱਜ ਜਾਣਾ ਜਿੰਨਾ ਭਾਰ ਪਾਉਣਾ ਤੂੰ ਉੱਤੇ ਜੇ ਤੁਸੀਂ ਸਾਰੇ ਜਣੇ ਬੋਰ ਹੋਣੇ ਪਏ ਤਾਂ ਸਕਿਪ ਕਰ ਦਿਓ ਨਹੀਂ ਕਹਿ ਗਏ ਇਹਦਾ ਥੋੜੇ ਕਿ ਟਾਈਮ ਦਾ ਸੀਨ ਹੀ ਆ ਟਾਈਮ ਹੀ ਲਾਤਾ ਤੁਹਾਨੂੰ ਦੱਸਿਆ ਬਾਅਦ ਵੀ ਨਹੀਂ ਬਹੁਤ ਆਨੰਦ ਦੱਸਿਆ ਮੀਟਿੰਗਾਂ ਉਹ ਅੱਜ ਵੀ ਨਾ ਮੇਰੀ ਮੋਦੀ ਪਤੀਲਾ ਚਮਕਾਤਾ ਜਿਹੜਾ ਕੱਲ ਤੋਂ ਨਹੀਂ ਪੁੱਛ ਇਹਦਾ ਅੰਦਰਲੀ ਗੱਲ ਨਿਕਲੇ ਰਾਜ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਆਵਰ ਚੈਨਲ ਮਿਸ ਐਂਡ ਮਿਸ ਸਟਾਈਲਿਸ਼ ਸਟਾਈਲਿਸ਼ ਸੋ ਅੱਜ ਮੈਨੂੰ ਆਪ ਦਿਲ ਤੇ ਪੱਥਰ ਰੱਖ ਕੇ ਕਹਿਣਾ ਪੈ ਰਿਹਾ ਕਿ ਮੇਸੀ ਸਟਾਈਲਿਸ਼ ਨੇ ਜ਼ਿਆਦਾ ਹੀ ਟੌਰ ਕਰ ਲਈ ਆ ਤੇ ਪਰ ਅਸੀਂ ਕੁਝ ਘੱਟ ਨਹੀਂ ਤੁਸੀਂ ਦੇਖ ਸਕਦੇ ਆ ਤੇ ਅੱਜ ਫਾਈਨਲੀ ਵਿਆਹ ਵਾਲਾ ਦਿਨ ਆ ਗਿਆ ਆ ਹਾਂਜੀ ਤੇ ਹੁਣ ਜਾਂਦੇ ਪਏ ਪਹੁੰਚ ਜਾਂਦੇ ਉਦੋਂ ਸਾਨੂੰ ਗੱਲਾਂ ਬਾਤਾਂ ਜਿਵੇਂ ਭੁੱਲ ਹੀ ਗਏ ਵੀ ਵਲੌਗ ਵੀ ਬਣਾਉਣਾ ਮੈਂ ਚੇਤਾ ਕਰਾਇਆ ਵੀ ਵਲੌਗ ਵੀ ਬਣਾਉਣਾ ਸੀ ਹਾਂਜੀ ਗੁਰਲੀਨ ਨੇ ਯਾਦ ਕਰਵਾਇਆ ਤੇ ਹੁਣ ਅਸੀਂ ਪਹੁੰਚ ਚੱਲੇ ਆ ਪਿੱਛੇ ਸਾਡੇ ਨਾਲ ਗੈਸਟ ਹੈਗੇ ਆ ਮਨਰੀਤ ਕੌਰ ਤੇ ਕਰਨ ਭੁੱਲਾ ਰੈਡੀ ਹੋ ਗਏ ਆ ਰੈਡੀ ਹੋ ਗਏ ਆ ਸਲੂਨ ਚ 2-2 ਘੰਟੇ ਲੱਗਦਾ ਆ 2 ਘੰਟੇ ਕਿਤੇ ਮਸਲ ਦਾ ਘੰਟਾ ਹਾਂ ਸਾਰਿਆਂ ਨੂੰ ਦੱਸੀ ਚੱਲ ਤੇ ਅਸੀਂ ਦੇਖ ਲਓ ਨੈਸ਼ਨਲ ਬਿਊਟੀ ਘਰੋਂ ਹੀ ਤਿਆਰ ਹੋਏ ਆ 5-10 ਮਿੰਟ ਚ ਹਾਂ ਇੰਨਾ ਝੂਠ ਆਦਮਪੁਰ ਪਹੁੰਚ ਗਏ ਆ ਹਾਂਜੀ ਇੱਥੇ ਆ ਕੇ ਜਿੱਤਾ ਆਇਆ ਵੀ ਦੱਸਿਆ ਕਾ ਤਾਂ ਹੁਣੀ 2-3 ਖੱਡੇ ਹੋਣੇ ਸੀ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਅਸੀਂ ਆਦਮਪੁਰ ਆ ਪਹਿਲੇ ਖੱਡੇ ਤੇ ਤੁਹਾਨੂੰ ਮੈਂ ਦਰਸ਼ਨ ਕਰਾਉਣ ਲੱਗਾ ਆ ਓਏ ਚਲੋ ਇਹ ਨਹੀਂ ਬਣਨੀਆਂ ਕਦੀ ਵੀ ਸੜਕਾਂ ਤੇ ਬਰਾਤ ਆਪਣੀ ਅੱਜ ਬੜੀ ਦੂਰੋਂ ਆ ਰਹੀ ਹੈ ਸਰਹੰਦ ਸਰਹੰਦ ਤੋਂ ਆਪਣੀ ਬਰਾਤ ਆ ਰਹੀ ਹੈ ਸੰਗਰੂਰੋਂ ਕੋਲ ਵੀ ਨਹੀਂ ਜਾਂਦੇ ਸਰਹੰਦ ਤੋਂ ਆ ਰਹੀ ਹੈ ਪਹੁੰਚਣ ਵਾਲੀ ਆ ਉਹ ਵੀ ਉਹ ਵੀ ਪਹੁੰਚਣ ਵਾਲੀ ਹੋ ਗਈ ਅੱਧਾ 11 ਵੱਜ ਗਏ ਆ ਹਾਂਜੀ ਕਹਿੰਦਾ ਹੀ 11:15 ਵਜੇ ਤੱਕ ਆ ਜਾਣਾ ਆ ਜਾਣਾ ਬਸ ਪਹੁੰਚਣ ਵਾਲੇ ਆ ਸੀ ਤੇ ਬਾਕੀ ਅੱਜ ਸਾਡੀਆਂ ਦੋ ਮਿਲਣੀਆਂ ਹੋਣੀਆਂ ਆ ਇਹਨਾਂ ਇਹ ਤਾਂ ਐਕਸਾਈਟਡ ਬਹੁਤ ਆ ਅੱਜ ਹੋਣੀ ਆ ਮੇਰੀ ਆਂਦਾ ਜੀਜਾ ਇੱਕ ਤਾਂ ਜੀਜੇ ਦੀ ਹੋ ਗਈ ਇੱਕ ਦੋ ਹੋਣੀਆਂ ਦੋ ਦੂਜੀ ਨਹੀਂ ਪਤਾ ਸਾਨੂੰ ਕਿਹੜੀ ਆ ਜੀ ਐਟ ਦ ਟਾਈਮ ਸ਼ਾਇਦ ਦੋ ਉਧਰਲੇ ਦੋ ਜੀਜੇ ਹੋ ਗਏ ਇੱਧਰ ਇੱਕ ਆ ਪਤਾ ਨਹੀਂ ਕੁਝ ਵੀ ਹੋ ਸਕਦਾ ਉਧਰੋਂ ਦੋ ਜੀਜੇ ਹੋਣੇ ਆ ਫੇ ਇਹਨਾਂ ਤੋਂ ਇੱਕ ਹੀ ਆ ਪਰ ਇਹਨਾਂ ਤੋਂ ਹੈਗਾ 1 ਲੱਖਾਂ ਵਰਗਾ ਆ ਉਹ ਵੀ ਇਹਨਾਂ ਨੇ ਭੇਜ ਦੇਣਾ 2 ਵਾਰੀ ਕਿਉਂ ਕਿਉਂ ਬਈ ਕਰਨ ਯਾਰ ਮੇ ਲਿਪਸਟਿਕ ਡਾਰਕ ਜਾਮੀ ਨਹੀਂ ਨਹੀਂ ਸਹੀ ਹੈ ਮੈਂ ਨਹੀਂ ਇੰਟਰਸਟਿੰਗ ਗੱਲ ਕਰ ਰਿਹਾ ਪਿੱਛੇ ਆਵਾਜ਼ ਦੇਖੋ ਕਿੱਦਾਂ ਦੀ ਆਈ ਯਾਰ ਮੈਂ ਦੇਖੋ ਯਾਰ ਤੁਸੀਂ ਦੱਸੋ ਮੈਨੂੰ ਤਾਂ ਬਹੁਤ ਸਹੀ ਕੰਮ ਲੱਗਾ ਜੋ ਵੀ ਤੇਰਾ ਹੋਇਆ ਆ ਨਾ ਨਹੀਂ ਤਾਂ ਮੈਂ ਤੈਨੂੰ ਕਹਿ ਦੇਣਾ ਸੀ ਮੁੰਡੇ ਕਾਲ ਅੱਜ ਤੇ ਇਹਨਾਂ ਦੇ ਦੇਖ ਲਓ ਇਹ ਘਟੀਆ ਡਰਾਈਵਰਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਜਿਹਨਾਂ ਦੀ ਗੱਡੀ ਬੰਦ ਹੋ ਜਾਂਦੀ ਅਸੀਂ ਦੋ ਕੰਮ ਇਕੱਠੇ ਕਰ ਰਹੇ ਹਾਂ ਬਲੌਗ ਵੀ ਬਣ ਰਿਹਾ ਆ ਆਟੋ ਆ ਨਾ ਵੀ ਮੈਂ ਨਿਪਟ ਰਿਹਾ ਆ ਤੇ ਗੱਡੀ ਵੀ ਮੈਂ ਚਲਾ ਰਿਹਾ ਆ ਤਿੰਨ ਹੋ ਗਏ ਫਿਰ ਆਲੇ ਦੁਆਲੇ ਵੀ ਮੈਂ ਦੇਖ ਰਿਹਾ ਆ ਚਾਰ ਸਾਨੂੰ ਕੋਈ ਸ਼ਾਰਟਕਟ ਰਾਹ ਦੱਸਿਓ ਜਿਹੜਾ ਇੱਥੋਂ ਜਾਣਾ ਨਾ ਹੋਊਗੀ ਹੋਵੇ ਅਸੀਂ ਉਹ ਵੀ ਕਰ ਲਵਾਂਗੇ ਦੇਖ ਲਓ ਇਹ ਰਾਹ ਥਾਣੀ ਅਸੀਂ ਆਉਣਾ ਬਿਲਕੁਲ ਨਹੀਂ ਪਸੰਦ ਕਰਦੇ ਪਰ ਸਾਨੂੰ ਕੰਮ ਹੀ ਇੱਧਰਲੇ ਪੈਂਦੇ ਆ ਜਲੰਧਰ ਨੂੰ ਵੀ ਜਾਣਾ ਪੈਂਦਾ ਆ ਤੇ ਅੱਜ ਵਿਆਹ ਵੀ ਤਾਂ ਚਲੋ ਆ ਹੀ ਇੱਧਰ ਲਾ ਗਿਆ ਆ ਚਲ ਅਸੀਂ ਪਹੁੰਚ ਕੇ ਮਿਲਦੇ ਆ ਕਿਉਂਕਿ ਇਹ ਬਹੁਤ ਇੱਧਰ ਦਾ ਹੋ ਰਹੀ ਹੈ ਸੋ ਹਾਂਜੀ ਤੇ ਅਸੀਂ ਪਹੁੰਚ ਚੁੱਕੇ ਆ ਪੈਲਸ ਦੇ ਬਾਹਰ ਮਨ ਅਸੀਂ ਸਾਰੇ ਹਾਂਜੀ ਤੇ ਹੁਣ ਅੰਦਰ ਚੱਲਨੇ ਆ ਤੇ ਅੰਦਰ ਜਾ ਕੇ ਤੁਹਾਨੂੰ ਨਾਲ ਅਸੀਂ ਵਿਆਹ ਦਿਖਾਉਂਦੇ ਆ ਇਹ ਥੋੜੀ ਜਿਵੇਂ ਤਾਂ ਸੋਹਣੀ ਕੀ ਲੱਗੀ ਆ ਵੀ ਮੋਰੇ ਹੋਈ ਜਾਂਦੀ ਆ ਚਲੋ ਚਲੀਏ ਅੰਦਰ ਫਿਰ ਹਾਂਜੀ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਗੁਰਨੇ ਸਿੰਘ ਦਾ ਵੀ ਹੋ ਵੀ ਆ ਵੀ ਤੇ ਕਾਰ ਸਿੰਘ ਭੁੱਲਰ ਮੇਰਾ ਤੁਹਾਨੂੰ ਪਤਾ ਹੀ ਆ ਉਹਦਾ ਦੇਖ ਲਾ ਜਦੋਂ ਅਸੀਂ ਬੋਵੀ ਨਾਲ ਬੈਠੇ ਹੁੰਨੇ ਇਦਾਂ ਲੱਗਦਾ ਨਾ ਜਿੱਦਾਂ ਅਸੀਂ 8ਵੀਂ 9ਵੀਂ ਚ ਪੜ੍ਹਦੇ ਆ ਮੈਨੂੰ ਬਹੁਤ ਮਿਸ ਕਰ ਓ ਐਕਸਕਿਊਜ਼ ਮੀ ਯਾ ਆਫ ਕੋਰਸ ਹੋ ਜਾਣੇ ਆ ਉਹ ਏਡੀ ਵੱਡੇ ਵੱਡੇ ਟਰਾਲੇ ਜਹਾਜ਼ ਦੀ ਚਾਬੀ ਕਰਕੇ ਕਿੰਦੇ ਰੱਖ ਦਿਓ ਮੈਨੇਜਰ ਨਾਲ ਗੱਲ ਕਰ ਲਓ ਓਕੇ ਚੰਗਾ ਜਹਾਜ ਅੰਦਰ ਕਰ ਦਿਓ ਓ ਚਲੋ ਠੀਕ ਆ ਭਾਜੀ ਬਾਏ ਹਾਂਜੀ ਸੋ ਮੈਂ ਹੁਣ ਇਹਨਾਂ ਦੇ ਇੰਟਰੋਡਕਸ਼ਨ ਦਿੰਨਾ ਇਹ ਹੈਗੇ ਕੁੜੀ ਦੇ ਭਰਾ ਹਾਂਜੀ ਠੀਕ ਆ ਤੁਸੀਂ ਇਹ ਨਾ ਸੋਚੋ ਜਵਲੀਆਂ ਮਾਨਦਾ ਇਹਦਾ ਪਤਾ ਨਹੀਂ ਕੌਣ ਆ ਇਹ ਕੁੜੀ ਦਾ ਭਰਾ ਆ ਮੈਂ ਕਿਹਾ ਸੀ ਇੱਥੇ ਪਲੇਟ ਲਾ ਲਾ ਜਿੱਦਾਂ ਕਿਸੇ ਨੇ ਯਕੀਨ ਨਹੀਂ ਕਰਨਾ ਨਹੀਂ ਤਾਂ ਕਿਸੇ ਨੇ ਯਕੀਨ ਨਹੀਂ ਕਰਨਾ ਤੇ ਹੁਣ ਅਸੀਂ ਚੱਲੇ ਆ ਮੁੰਡੇ ਵਾਲਿਆਂ ਨੂੰ ਲੈਣ ਕਹਿੰਦੇ ਉਹਨਾਂ ਦੀ ਗੱਡੀ ਪੈਂਚਰ ਹੋ ਗਈ ਸੀ ਨਾਲੇ ਉਹਨਾਂ ਨੂੰ ਰਾਹ ਨਹੀਂ ਲੱਭਦਾ ਪਿਆ ਤਾਂ ਫਿਰ ਹੁਣ ਉਹਨਾਂ ਨੂੰ ਰਾਹ ਜਰਾ ਦਿਖਾਈਏ
ਤੇ ਪਹੁੰਚੀਏ ਉੱਥੇ। ਹਾਂਜੀ ਨਹੀਂ ਟਾਇਰ ਕਿਹੜੀ ਗੱਡੀ ਦਾ ਪੈਂਚਰ ਹੋਇਆ ਜੇ ਝੋਂਦੇ ਪਏ ਸੀਗੇ? ਇੰਨਾ ਨਹੀਂ ਪਤਾ ਭਾਜੀ, ਸ਼ਾਇਦ ਉਹਦਾ ਹੀ ਹੋਇਆ ਹੋਣਾ ਤਾਂ ਹੀ ਬਾਕੀ ਗੱਡੀਆਂ ਰੁਕ ਗਈਆਂ, ਨਹੀਂ ਤਾਂ ਉਹਨਾਂ ਨੂੰ ਕਿੱਥੇ ਪੁੱਛਦਾ ਬਾਕੀ ਗੱਡੀਆਂ ਦੇ। ਹਾਂ ਇਹ ਗੱਲ ਸਹੀ ਆ, ਜਦ ਦੇਖ ਲਓ 6-7 ਮਿੰਟ ਹੋ ਗਿਆ ਬਲੌਗ ਬਣਦੇ ਨੂੰ, ਇੱਕ ਪਹਿਲੀ ਗੱਲ ਸਿਆਣੀ ਕੀਤੀ ਮੁੰਡੇ ਨੇ। ਦੇਖੋ ਕਿੱਦਾਂ ਫੈਸ ਮੋਟਰਸਾਈਕਲ ਦੇ ਗੱਡੀਆਂ 'ਚ ਆਉਣ ਲੱਗੇ ਆ, ਦੇਖੋ ਟ੍ਰੈਫਿਕ ਲੱਗ ਗਿਆ ਜੀ, ਦੇਖੋ ਦੇਖੋ। ਜੇ 2 ਮਿੰਟ ਤੋਂ ਪਹਿਲਾਂ ਦਿਖਾਉਣਾ ਉਹਦੀਆਂ ਗਾਲਾਂ ਵਿੱਚ ਆ ਜਾਣੀਆਂ ਸੀ ਜਿਹੜੀਆਂ ਤੈਨੂੰ ਕੱਢ ਕੇ ਗਿਆ। ਦੇਖੋ ਫੈਨਾਂ ਦੀਆਂ ਗੱਡੀਆਂ ਕਿੱਦਾਂ ਖੜੀਆਂ ਹੋਈਆਂ, ਉਹ ਸ਼ੀਸ਼ੇ ਕਾਲੇ ਕਰਾਉਣੇ ਹੀ ਪੈਣੇ ਹਨਾ। ਬੋਵੀ ਤਾਂ ਗੱਲ ਆ, ਬੋਵੀ ਨੂੰ ਕੀ ਬਿਠਾ ਲਿਆ, ਰਾਸ਼ੀ ਬੜਾ ਪੈ ਗਿਆ ਉਹੀ ਚੱਕਰ ਆ। ਹਾਂ ਕਿ ਆਦਮਪੁਰ ਏਰੀਆ ਹੀ ਇੱਦਾਂ ਦਾ ਆ? ਨਹੀਂ ਇਹ ਮੇਰੇ ਕਰਕੇ ਆ। ਅੱਛਾ ਅੱਛਾ, ਉਹ ਟ੍ਰੈਫਿਕ ਪੁਲਿਸ ਨੂੰ ਫੋਨ ਕਰੋ, ਕਹਿੰਦਾ ਉਹਨਾਂ ਦਾ ਕੀ ਕੰਮ ਆ ਇੱਥੇ, ਉਹ ਗੱਡੀਆਂ ਗੁੱਡੀਆਂ ਕਢਾਉਣਾ ਪਰ। ਅੱਛਾ ਦੇਖ ਮੈਂ ਜਿੱਧਰ ਖੜਾ ਉੱਧਰ ਨੂੰ ਗੱਡੀਆਂ ਮੁੜੀ ਜਾਣਦੀਆਂ, ਦੱਸ ਪਤਾ ਮੈਨੂੰ ਲੱਗਦਾ ਕਠਾਣਾ ਰੋਡ ਹੀ ਬੰਦ ਹੋ ਜਾਣਾ ਦੋ ਘੰਟੇ ਤੱਕ। ਜੇ ਤੁਸੀਂ ਸਾਰੇ ਜਣੇ ਬੋਰ ਹੁੰਦੇ ਪਏ ਤਾਂ ਸਕਿੱਪ ਕਰ ਦਿਓ, ਨਹੀਂ ਕਹਿ ਗਏ ਇਹ ਤਾਂ ਥੋੜੇ ਕੁ ਟਾਈਮ ਦਾ ਸੀਨ ਹੀ ਆ। ਮੈਂ ਮੇਨ ਬੰਦਾ, ਮੈਨੂੰ ਪਤਾ ਸੀ ਮੈਨੂੰ ਬਹੁਤ ਮਿਸ ਕਰਦੇ ਸੀ, ਮੈਂ ਤਾਂ ਹੀ ਆਇਆ। ਇਹ ਸਾਰੀ ਜ਼ਿੰਮੇਵਾਰੀ ਬੰਦੇ ਸਿਰ ਹੀ ਆ ਵਿਆਹ ਦੀ, ਤਾਂ ਕਰਕੇ ਬਲੌਗਾਂ 'ਚ ਆ ਨਹੀਂ ਸਕਿਆ। ਤੁਸੀਂ ਦੱਸੋ ਬਾਕੀ ਤੁਸੀਂ ਕਿਹੜੇ ਕਿਹੜੇ ਕੰਮ ਕਰਾਏ ਆ? ਮੈਂ ਤਾਂ 2 ਦਿਨ ਹੋ ਗਿਆ ਮੈਨੂੰ ਵਿਆਹ ਤੇ ਜਾਂਦੇ ਨੂੰ, ਤਾਂ ਮੁੰਡਾ ਕਿਤੇ ਕੰਮ ਕਰਦਾ ਬਈ, ਦੇ ਦਰੀਆਂ ਤੇ ਦਰੀਆਂ ਮੋਢੇ ਤੇ ਰੱਖ ਕੇ, ਹਾਏ ਬਾਂਹ ਵੀ ਦੁਖਣ ਲੱਗ ਪਈ ਫੋਨ ਫੜ ਕੇ, ਪਤੀਲੇ ਦੇ ਪਤੀਲੇ ਸਿਰ ਤੇ ਰੱਖ ਕੇ। ਟਰੈਕਟਰ ਕਦੋਂ ਲਿਆਂਦਾ ਨਾਲ? ਯਾਰ ਉਹ ਆਪਣਾ ਝੋਟਾ ਆ, ਔਰ ਵੀਡੀਓ ਪ੍ਰੀ ਵੈਡਿੰਗ ਕਰਾਉਣੀ ਮੈਂ ਆਪਣੀ। ਅੱਛਾ ਇਹਨਾਂ ਦੀ ਕਰਾਉਣੀ ਆ? ਨਹੀਂ ਆਪਣੀ। ਅੱਛਾ ਅੱਛਾ, ਉਹ ਆਜ ਤਾਂ ਨਹੀਂ, ਇਹ ਤਾਂ ਨਵੀਂ ਆ। ਉਹਨਾਂ ਨੇ ਪੁਰਾਣੀ ਚਾਉਣਾ? ਨਹੀਂ ਉਹਨਾਂ ਦੀ ਨਵੀਂ ਆ। ਆ ਫੋਰਚੂਨਰ ਕਹਿ ਮੇਰੇ ਮੋੜ ਕੇ, ਯਾਰ ਮੋੜ ਕੇ ਨਹੀਂ ਜਾਂਦੇ ਫੋਰਚੂਨਰ ਮੇਰੀ, ਮੈਨੂੰ ਤਾਂ ਬਹੁਤ ਖਿਚ ਚੜਦੀ ਆ ਜਦੋਂ ਮੇਰੀ ਕੋਈ ਫੋਰਚੂਨਰ ਨਹੀਂ ਮੁੜ ਕੇ ਜਾਂਦਾ। ਤੂੰ ਫਿਰ ਯਕੀਨ ਕਰ ਲੈਣਾ ਨਾ ਸਾਰਿਆਂ ਦੇ, ਤੂੰ ਭੋਲਾ ਭਾਲਾ ਨਾ ਦਿਆ ਕਰ ਇਦਾਂ ਫੋਰਚੂਨਰ, ਪਿਛਲੀ ਵਾਰੀ ਤੂੰ ਓਡੀ ਵੀ ਇਦਾਂ ਗਵਾ ਬੈਠਾ, ਉਹੀ ਤਾਂ ਚੱਕਰ ਆ, ਜੈਗਵਾਰ ਵੀ ਤੂੰ ਇਦਾਂ ਗਵਾ ਲਈ ਆ, ਮੈਨੂੰ ਹੈਲੀਕਾਪਟਰ ਦੀ ਫਿਕਰ ਪਈ ਆ। ਅੱਛਾ ਹੁਣ ਤੇ ਤੂੰ ਕੱਲਾ ਫੋਰਡ ਤੇ ਇੱਕ ਤੇਰਾ ਉਹ ਸਾਈਕਲ ਲੈ ਗਿਆ, ਉਹੀ ਤਾਂ ਚੱਕਰ, ਨਹੀਂ ਸਕੂਟਰੀ ਪਈ ਆ ਇੱਕ, ਸਕੂਟਰ ਵੀ ਹੈਗੀ। ਉਹ ਵਿਚਾਰੀ ਨੇ ਆਪ ਭੱਜ ਜਾਣਾ ਜਿੰਨਾ ਭਾਰ ਪਾਉਣਾ ਤੂੰ ਉੱਤੇ। ਯਾਰ ਆਏ ਨਹੀਂ ਤੱਕ, ਮੈਂ ਇੰਨੀ ਕਿਸੇ ਦੀ ਵੇਟ ਨਹੀਂ ਕਰਦਾ ਉਹ ਤਾਂ। ਚੱਲ ਗੱਡੀ ਤਾਂ ਆਪਾਂ ਇੱਧਰ ਨੂੰ ਲਾ ਹੀ ਲਈ ਆ, ਤੂੰ ਉੱਤਰ ਕੇ ਜਾ ਦੇਖ ਕੇ ਆ ਕਿੱਥੇ ਕਿੱਥੇ ਪਹੁੰਚੇ, ਦੌੜ ਕੇ ਜਾਇਆ ਉਹਨੂੰ ਕਿੰਨਾ। ਹਾਂ ਹੈਲੀਕਾਪਟਰ ਮੰਗਾ ਲੈਂਦੇ ਆ। ਹਾਂ ਉਹ ਕੀ ਕਹਿੰਦੇ ਹੁੰਦੇ ਉਹ ਯਾਰ, ਉਹ ਕੀ ਹੁੰਦਾ ਇੱਕ ਚਾਰਮਟ ਫਲਾਈਟ ਯਾਰ, ਉਹ ਕੀ ਉਹਨੂੰ ਕਹਿੰਦੇ ਚੇਤਾ ਭੁੱਲ ਗਿਆ। ਲੈ ਆਉਂਦੇ ਕੋਈ ਨਹੀਂ, ਮੇਰੀ ਨੋ ਬਾਈ ਅਜੇ ਚੋਰੀ ਹੋ ਗਈ ਸੀ। ਇਹਦੇ ਕਾਗਜ਼ ਚੈੱਕ ਕਰਾ ਆਪਣੀ ਵਾਲੀ ਦੇ, ਵੀ ਤੇਰੀ ਤਾਂ ਨਹੀਂ ਦੇ ਯਾਰ। ਉਹ ਦੇ ਬਾਬਾ ਮੇਰਾ ਦੇਖ ਕੇ ਜਾਂਦਾ, ਕਹਿੰਦਾ ਤਾਂ ਬੋਵੀ ਸਟਾਰ ਬੈਠਾ ਆ, ਉਹ ਵੀ ਜਿਹੜਾ ਬਲੌਗਾਂ 'ਚ ਆਉਂਦਾ, ਕਹਿੰਦਾ ਤਾਂ ਕਾਲਰ ਕਿੱਥੇ ਖਿੱਚਾਂ ਇਹਨੂੰ ਬਾਹਰ। ਬੋਲ ਦੇਖੋ ਜੂਮ ਕਰਕੇ, ਚੋਟ ਪਿੰਡ ਦੇ ਨਾਲ ਫ੍ਰੀ ਮਿਲਿਆ। ਹਾਂਜੀ ਅੱਛਾ ਅੱਛਾ, ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਿੰਦਰ ਸਿੰਘ ਧਾਮੀ ਉਹ ਬੋਵੀ, ਤੁਸੀਂ ਨਾ ਵੀ ਇੰਟਰੋ ਦੋਗੇ ਮੇਰਾ ਪਤਾ ਸਾਰਿਆਂ ਨੂੰ, ਤੁਹਾਨੂੰ ਨਹੀਂ ਉਹਨੂੰ ਉਹਨੂੰ ਇਹਦਾ ਵੀ ਫਾਦਾ ਸਿੰਗਰ ਨਾਲ ਲਿਰਿਕਸ ਸਿੰਗਰ ਆ ਨਾ ਭੁੱਲਰ। ਯੈਸ ਕੰਨ ਭੁੱਲਰ ਸੁਣੇ ਨਹੀਂ ਗਾਣੇ ਇਸੇ ਚੈਨਲ ਤੇ ਤੂੰ? ਨਹੀਂ ਅੱਛਾ, ਟਾਈਮ ਹੀ ਲਾਤਾ ਤੁਹਾਨੂੰ ਦੱਸਿਆ ਬਾਰੇ ਵੀ ਨਹੀਂ, ਬਹੁਤ ਆਨੰਦ ਦੱਸਿਆ ਮੀਟਿੰਗ ਉਹ ਅੱਜ ਵੀ ਨਾ ਮੇਰੀ ਮੋਦੀ ਉਹ ਪਤੀਲਾ ਚਮਕਾਤਾ ਜਿਹੜਾ ਗੱਲ ਤੋਂ ਨਹੀਂ ਕੁਛ, ਇਹ ਤਾਂ ਅੰਦਰਲੀ ਗੱਲ ਨਿਕਲੇ, ਰਾਜ ਦੀਆਂ ਗੱਲਾਂ ਰਾਜ ਹੀ ਰੱਖੜੀ ਆ। ਉਹ ਦੂਜਾ ਅੱਜ ਵੀ ਮੋਦੀ ਨਾਲ ਮੀਟਿੰਗ ਸੀ, ਉਹ ਟਰੈਕਟਰ ਧੌਂਦਾ ਸੀ ਤਾਂ ਹੋ ਗਿਆ, ਉਹ ਮੈਂ ਨਹੀਂ ਸੀ। ਹਾਂ ਉਹ ਬੇਟਰ ਬੇਟਰ ਬੇਟਰ, ਹਾਂਜੀ ਗਲਤ ਫੈਮਿਲੀ ਹੋ ਗਈ ਕੋਈ ਨਹੀਂ, ਮੈਂ ਤਾਂ ਉਹਨੂੰ ਬੁਲਾਇਆ ਵੀ ਸੀ ਕਿੱਦਾਂ ਬੋਵੀ, ਉਹਨੇ ਹੱਥ ਵੀ ਮਾਰਿਆ, ਉਹਨੂੰ ਭੁਲੇਖਾ ਪੈ ਗਿਆ ਸੁਣਿਆ ਤਾਂ ਪਾਣੀ 'ਚ ਪ੍ਰੈਸ਼ਰ ਨਾ। ਹਾਂ ਪ੍ਰੈਸ਼ਰ ਕੰਨਾਂ 'ਚ ਮਾਰਦੇ ਆ ਨਹੀਂ, ਟਰੈਕਟਰ ਜਿਹੜਾ ਵੱਜਦਾ ਉੱਥੇ ਟ੍ਰੇਨ ਦੀ ਵਾਜਦੀ ਨੀ ਪਿੱਛੇ ਨੂੰ ਪੈ ਕੇ, ਉਹ ਕੰਨਾਂ 'ਚ ਪੈ ਗਿਆ, ਉਹਨੂੰ ਕਿੱਦਾਂ ਸੁਣਿਆ ਨਾ ਕਿੱਦਾਂ, ਉਹਨੇ ਕਿਹਾ ਤੁਹਾਨੂੰ ਵਧੀਆ, ਠੀਕ ਆ ਬੋਵੀ ਨੂੰ ਸੁਣਿਆ ਨਹੀਂ ਹੋਣਾ, ਠੀਕ ਆ। ਯਾਰ ਮੋਦੀ ਨਾਲ ਮੀਟਿੰਗ ਸੀ ਅੱਜ, ਚੱਲ ਵਿਆਹ ਕਰਕੇ ਕੈਂਸਲ ਕਰਤੀ, ਮੈਂ ਕੋਈ ਚੱਕਰ ਦੀ ਗੱਲ ਗੱਲ ਨਹੀਂ ਹੈਗੀ, ਆਪਾਂ ਜੇ ਸੋਹਣਾ ਜਿਹਾ ਮੈਂ ਜ਼ਿਆਦਾ ਲੱਗਣ ਡਿਆ, ਕੋਈ ਚੱਕਰ ਨਹੀਂ ਤਾਂ ਉਨਾ ਜਿਹਾ ਨਾ ਦਿਓ, ਨਾ ਡਰਿਓ ਇੱਦਾਂ ਵੀ ਕਹਿ ਦਿਓ ਬਈ ਆਪਣੀ ਪੱਗਾਂ ਸੇਮ ਆ। ਹਾਂ ਨਹੀਂ ਮੇਰੀ ਥੋੜ੍ਹੀ ਵਧੀਆ ਆ, ਸੇਮ ਆ ਸੇਮ ਆ, ਰੰਗ ਦੀ ਗੱਲ ਕੀਤੀ ਆ, ਕਲਰ ਕਲਰ ਆਪਣੀਆਂ ਟਾਈਆਂ ਵੀ ਸੇਮ ਆ। ਨਹੀਂ ਨਹੀਂ ਇਹ ਇੱਕ ਤੁਹਾਡੇ ਆ ਵਧੀਆ ਥੋੜ੍ਹੀ, ਉਹ ਥੋੜ੍ਹੀ ਉਹ ਵਿੱਕੀ ਜੀ ਆ ਥੋੜ੍ਹੀ, ਇਹ ਗੂੜੀ ਆ ਲਾਈਨ ਵਾਲੀ। ਅੱਛਾ ਸਵੇਰੇ ਸਕੈਚ ਫੇਰਿਆ ਲੱਗਦਾ? ਨਹੀਂ ਨਹੀਂ ਉਹ ਮੇਰੇ ਵਾਲੀ ਲਿਖੀ ਜਾਂਦਾ, ਉਹ ਵਾਲਾ ਐਂ ਕਾ ਜਿਹਾ ਭਾਈ, ਉਹ ਪੈਸੇ ਪੂਸੇ ਮੋੜ ਦਿਆ ਕਰਨਾ ਟਾਈਮ ਦੇ ਸਾਰਿਆਂ ਦੇ, ਤੇ ਇਹ ਵਾਲੀ ਗੱਲ ਹੋ ਗਈ ਆ। ਕਰਨ ਵਿੱਚ ਕੱਢੀਆਂ 2 ਲੱਖ ਰੁਪਇਆ ਡਿੱਗੀ ਚੋਂ, ਰੱਖਿਆ ਕਿੱਦਣ ਸੀ? ਰੱਖਿਆ ਸਵੇਰੇ ਰੱਖ ਕੇ ਲੈ, ਨਹੀਂ ਚੱਕੇ ਨੀ ਰੋਟਾ ਤਾਂ ਸੌਂਦਾ ਬੈਠਾ ਹੋਣ, ਦੇਈ ਦੇ ਲੋ ਝੂਠ ਫੜ ਲਿਆ ਗਿਆ, ਦੇਈ ਜੋਤੀ ਦੱਸੋ ਚੱਕਣ ਦੇਖ ਵਿੱਚ ਦੇਖ ਦੇ ਆਏ ਆ ਕਿਹਦੇ, ਬਹੁਤ ਗੰਦੀ ਆ ਗਾੜਾ ਗੱਡੀਆਂ ਕੇ ਦਾ, ਅੱਗੇ ਤਾਂ ਇਹਨੂੰ ਬਲੌਗ ਚ ਨਹੀਂ ਲਾਉਣਾ ਸੀ, ਪਹਿਲੀ ਵਾਰ ਤੁਹਾਨੂੰ ਗਾਲਾਂ ਪਈਆਂ ਕਮੈਂਟਾਂ 'ਚ,
ਭਾਈ ਕਿਸੇ ਦੀ ਗਾਲ ਗੂਲ ਨਹੀਂ ਆਈ ਸਨੈਪ ਆਈਆਂ ਆ ਉਹ ਭਾਈ ਹੁਣ ਕੱਟਦੇ ਤੂੰ ਕੱਟ ਤੇ ਸਾਈਡ ਤੇ ਕਰਦਾ ਮੈਂ ਆਪਣੇ ਜੀਜੇ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗਾ ਕਿਉਂ ਕਿਸ ਗੱਲੋਂ ਕੀ ਹੋਣੇ ਘਰ ਚ ਮੇਰਾ ਰਾਜ ਹੋਊਗਾ ਸਾਰਾ ਕੱਲੇ ਦਾ ਹਰੇਕ ਗੱਲ ਮੰਨੀ ਜਾਊਗੀ ਹਰੇਕ ਥਾਂ ਰਾਏ ਪੁੱਛੀ ਜਾਊਗੀ ਜਿਹੜੀ ਪੁੱਛੀ ਨਹੀਂ ਗਈ ਅੱਜ ਤੱਕ ਕਦੀ ਨਹੀਂ ਪੁੱਛੀ ਗਈ ਹੈਲੀਕਾਪਟਰ ਟ੍ਰੇਨਾਂ ਸਾਰੀਆਂ ਚਾਬੀਆਂ ਮੇਰੇ ਤੋਂ ਹੋਣਗੀਆਂ ਜੀ ਜ਼ਿਆਦਾ ਤਾਂ ਨਹੀਂ ਹੋ ਗਿਆ ਨਹੀਂ ਬਾਈ ਹੋਰ ਓਹੋ ਇੱਕ ਹੋਰ ਫੈਨ ਦਾ ਫੋਨ ਆ ਗਿਆ ਮੈਂ ਚੱਕਦਾ ਨਹੀਂ ਹੁੰਦਾ ਫੋਨ ਚੱਲ ਚੱਕ ਕੇ ਦਿੰਦੇ ਹਾਂ ਯਾਰ ਮੈਂ ਮੀਟਿੰਗ 'ਚ ਆਇਆ ਕਰ ਮੀਟਿੰਗ 'ਚ ਬਿਜ਼ੀ ਹਾਂ ਥੋੜ੍ਹਾ ਮੈਂ ਬ੍ਰੋ ਮੈਂ ਮੈਨੂੰ ਤਾਂ ਆਪ ਨਹੀਂ ਬਾੜੇ ਉਹਨਾਂ ਦੇ ਪੈਲੇ 'ਚ ਉਹ ਨਹੀਂ ਮੈਂ ਯਾਰ ਤਾਂ ਮੈਂ ਲੈਣਾ ਆ ਮਾੜੀ ਜਿਹਾ ਗੱਡੀਆਂ ਥੋੜ੍ਹੇ ਰਿਸ਼ਤੇਦਾਰ ਰਾਹ ਭੁੱਲ ਗਿਆ ਜੀ ਤੂੰ ਅੰਦਰ ਚੱਲ ਜਾ ਕੋਈ ਚੱਕਰ ਨਹੀਂ ਆਪਣਾ ਹੀ ਆ ਮੇਰਾ ਨਾਮ ਲੈ ਦੀ ਕਿ ਬੋਈ ਭਾਜੀ ਨੇ ਭੇਜਿਆ ਉਹਨੇ ਕੱਟ ਹੀ ਦੀ ਤਾਂ ਬੋਈ ਭਾਜੀ ਨਾਮ ਜਾਂ ਉਹਨੇ ਨਾਂ ਲੈ ਤਾ ਹੁਣ ਉਹਨਾਂ ਨੇ ਫੜ ਲਿਆ ਹੁਣ ਫੋਨ ਕਰਾਂ ਯਾਰ ਇੰਨੀ ਵੇਟ ਆ ਜੀ ਗੱਡੀ ਆ ਗਈ ਆ ਹਾਂ ਉਹਨਾਂ ਦੀ ਗੱਡੀ ਆ ਜੀ ਸੋ ਜਿੱਦਾਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਮੇਲ ਸਿੰਘ ਢਾਮੀ ਜੇ ਤੁਹਾਨੂੰ ਪਤਾ ਹੈ ਕਿ ਮੁੰਡਿਆਂ ਦੀਆਂ ਗੱਡੀਆਂ ਇੱਕ ਅੱਗੇ ਜੀ ਬਾਕੀ ਤਾਂ ਸਾਡੇ ਪਿੱਛੇ ਪਿੱਛੇ ਆ ਜੀ ਹੁਣ ਅਸੀਂ ਚੱਲੇ ਹਾਂ ਲਾਵਾਂ ਕਰਾਉਣ ਕਿੱਥੇ ਚੱਲੇ ਭਾਜੀ ਲਾਵਾਂ ਜੀ ਲਾਵਾਂ ਸਾਨੂੰ ਉਹਨਾਂ ਨੇ ਪੁੱਛਿਓ ਬਹੁ ਵੀ ਕੋਲ ਹੈਗਾ ਸਾਨੂੰ ਬੋਲਣ ਦੀ ਕੀ ਲੋੜ ਆ ਬਲੌਗ ਆਪ ਹੀ ਤੁਹਾਨੂੰ ਇੰਟਰਟੇਨਮੈਂਟ ਮਿਲੀ ਜਾਣਾ ਸਾਰੇ ਮਜ਼ੇ ਬਲੌਗ 'ਚ ਮਿਲੀ ਜਾਣੇ ਆ ਫਨ ਸ਼ਨ ਹੋਈ ਜਾਣਾ ਆ ਤਾਂ ਤੁਹਾਨੂੰ ਕੋਈ ਬਲੌਗ ਵਧੀਆ ਲੱਗਣਾ ਜਿੰਨਾ ਚਿਰ ਮੈਂ ਨਹੀਂ ਸੀਣਾ ਚਲੋ ਕੋਈ ਨਾ ਮੈਂ ਸਮਝ ਸਕਦਾ ਉਹ ਵੀ ਸਮਝ ਸਕਦੇ ਆ ਬਸ ਕੋਈ ਨਹੀਂ 10-15 ਮਿੰਟ ਦੀ ਗੱਲ ਆ ਫਿਰ ਅਸੀਂ ਇਸ ਬਲਾ ਨੂੰ ਲਾ ਦੇਣਾ ਥੋੜ੍ਹਾ ਅੱਗੇ ਜਾ ਕੇ ਨਹੀਂ ਨਹੀਂ ਭਾਜੀ ਇੱਦਾਂ ਨਹੀਂ ਗੱਲ ਹੁੰਦੀ ਕੀ ਹੋਇਆ ਪੈਂਟ ਕੋਟ ਦੇ ਵਿੱਚ ਦੇਖੀ ਯਾਰ ਪਿੱਛੇ ਆ ਇੱਧਰ ਦੇਖ ਰਹੇ ਲੋਕੀ ਫੋਟਾ ਖਿਚਾਉਣ ਨੂੰ ਤਰਸਦੇ ਯਾਰ ਫੋਟਾ ਖਿਚਾਉਣ ਨੂੰ ਵਾ ਦੁਨੀਆ ਦੇ
ਮਾੜੀ ਜੀ ਗੱਡੀ ਆਇਆ ਨੂੰ ਜਾਵੇ ਇਧਰਲੇ ਪਾਸੇ ਰੱਖੋ, ਮਾੜੀ ਜੀ ਗੱਡੀ ਆਉਣ ਨੂੰ ਜਾਵੇ ਇਧਰਲੇ ਪਾਸੇ ਕਹਿੰਦੇ ਨਾ ਆਪਣੇ ਕੋਈ ਇਧਰੋਂ ਇਧਰ ਨੂੰ ਆਉਂਦਾ ਹੋਊਗਾ ਤੇ ਮੈਂ ਮੇਰਾ ਕੰਮ ਖੜਾਉਂਦਾ ਹੈ ਉਹਨੂੰ ਦੇਖਣਾ ਕੋਈ ਨੀ। ਟੋਰ ਮੇਰੀ ਨਿਕਲਿਆ ਯਾਦਗੀਰ, ਠੀਕ ਆ।